ਵਿਖੇ ਮਨਰੇਗਾ ਵਰਕਰਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਗਰਾਊਂਡ ਦੀ ਸਫਾਈ ਕਰਦੇ ਹੋਏ ਮਨਰੇਗਾ ਵਰਕਰਾਂ ਅਤੇ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੀ ਜਾਣਕਾਰੀ ਲੈਂਦੇ ਹੋਏ ਡੇਲੋ ਤੋਂ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਰਿਪੋਰਟਰ ਸਿੱਧਾ ਬਲਜੀਤ ਸਿੰਘ ਚੀਮਾ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਮਨਜੀਤ ਕੌਰ। ਕਿਹੜਾ ਪਿੰਡ ਹੈ ਜੀ? ਪਿੰਡ ਨੰਗਲ ਡੇਲੋ ਕੋਲ। ਅੱਛਾ ਜੀ, ਤੁਸੀਂ ਇਹ ਜਿਹੜੀ ਸਫਾਈ ਕਰ ਰਹੇ ਹੋ ਮਨਰੇਗਾ ਚੋਂ? ਹਾਂਜੀ। ਤੇ ਇਹਦੇ ਵਿੱਚ ਤੁਸੀਂ ਕਿੰਨੇ ਬੰਦੇ ਹੋ ਸਾਰੇ? ਅਸੀਂ ਇੱਥੇ ਜੀ ਹੈਗੇ 15 ਬੰਦੇ ਕੰਮ ਕਰਦੇ। ਹਾਂਜੀ, ਸਾਰੇ ਅਸੀਂ ਹੈਗੇ ਆ 90 ਬੰਦੇ ਤੋਂ ਤੱਕ। 90 ਬੰਦੇ ਤੱਕ ਪਿੰਡ ਦੇ ਹੈਗੇ ਕੰਮ ਕਰਨ ਵਾਲੇ। ਠੀਕ ਆ ਜੀ, ਕੋਈ ਦਿੱਕਤ ਤਾਂ ਨਹੀਂ ਆ ਰਹੀ? ਨਹੀਂ ਜੀ, ਕੋਈ ਦਿੱਕਤ ਨਹੀਂ ਹੋਣੀ। ਤੇ ਸਾਨੂੰ ਪੇਮੈਂਟ ਮਿਲ ਜਾਂਦੀ ਆ? ਹਾਂਜੀ, ਸਾਨੂੰ ਹਫਤੇ ਦੀ ਹਫਤੇ ਪੇਮੈਂਟ ਮਿਲਦੀ। ਕੋਈ ਪ੍ਰੋਬਲਮ ਨਹੀਂ ਜੀ, ਕੋਈ ਨਹੀਂ, ਸਾਰਾ ਕੁਝ ਠੀਕ ਚੱਲ ਰਿਹਾ। ਹਾਂਜੀ, ਸਾਰਾ ਕੁਝ ਠੀਕ। ਬਾਕੀ ਤੁਸੀਂ ਇਹਦੇ ਕੀ ਕੰਮ ਕਰ ਰਹੇ ਹੋ? ਜਿਹੜਾ ਵੀ ਕੰਮ ਸਾਨੂੰ ਪਿੰਡ 'ਚ, ਚਾਹੇ ਸਫਾਈ ਦਾ ਆ ਜਾਵੇ, ਚਾਹੇ ਨਾਲੀਆਂ ਕੱਢਣ ਦਾ ਆ ਜਾਵੇ, ਚਾਹੇ ਮੜੀਆਂ ਦਾ ਕੰਮ ਆ ਜਾਵੇ, ਚਾਹੇ ਬੂਟੇ ਲਾਉਣ ਦਾ ਆ ਜਾਵੇ, ਸਾਰਾ ਕੰਮ ਕਰਦੇ ਹਾਂ। ਠੀਕ ਹੈ ਜੀ। ਕਿੰਨੀ ਦੇਰ ਹੋ ਗਈ ਤੁਹਾਨੂੰ ਕੰਮ ਕਰਦੇ ਨੂੰ? ਕੰਮ ਕਰਦੇ ਆਉਂਦਾ ਜੀ, ਸਾਨੂੰ ਹੋ ਗਏ ਹੋਣਗੇ 8-9 ਸਾਲ ਹੀ ਹੋ ਗਏ। ਅਤੇ ਆਹ ਜਿਹੜਾ ਲੋਕਡਾਊਨ ਦਾ ਸੀ, ਇਹਦੇ ਵਿੱਚ ਕੋਈ ਪ੍ਰੋਬਲਮ ਆਈ ਕਿ ਨਹੀਂ? ਨਹੀਂ ਜੀ, ਕੋਈ ਨਹੀਂ ਆਈ ਸਾਨੂੰ। ਚਲੋ, ਮਾੜਾ ਮੋਟਾ ਕੰਮ ਮਿਲੇਗਾ, ਰੋਟੀ ਪਾਣੀ ਚੱਲੀ ਗਿਆ? ਹਾਂਜੀ, ਚੱਲੀ ਗਿਆ ਸਾਡਾ, ਜਿਹੜੇ ਸਾਡੇ ਪੈਸੇ ਮਾੜੇ ਮੋਟੇ ਰੁਕੇ ਇਸ ਲੋਕਡਾਊਨ ਚਾਹੀਦੇ।